ਮੈਂ ਮੇਰਾ ਨਾਮ ਹਰ ਕਮਲਜੀਤ ਸਿੰਘ ਬਿੱਟੂ ਵਿਲੇਜ ਚੁੰਨੀ ਕਲਾਂ ਜੀ ਚੁੰਨੀ ਕਲਾਂ ਦਾ ਰਹਿਣ ਵਾਲਾ ਜੀ ਇੱਥੇ ਅਸੀਂ ਬੈਠੇ ਹਾਂ ਇਹ ਬਹੁਤ ਬੜਾ ਸਾਡੇ ਪਿੰਡ ਦਾ ਤਲਾਬ ਹੈ ਜੇ ਮੋਹਾਲੀ ਸੇ ਤਕਰੀਬਨ ਪੰਦਰਾਂ ਕਿਲੋਮੀਟਰ ਹੈ ਜੇ ਤਲਾਬ ਕਾ ਬੜਾ ਹੀ ਸਿਸਟਮ ਖਰਾਬ ਸੀ ਮਾਣੀ ਕਿ ਮਾੜੀ ਹਾਲਾਤ ਉਸਦਾ ਆਜ ਬਿਲਕੁਲ ਜੇ ਅਭੀ ਫਰੈਸ਼ ਹੈ ਇਸਕੋ ਫਰੈਸ਼ ਪਾਣੀ ਡਾਲੇਂਗੇ ਔਰ ਜੋ ਪਿੰਡ ਕਾ ਗਾਓ ਕਾ ਗੰਦਾ ਪਾਣੀ ਉਹ ਬਾਹਰ ਬਾਹਰ ਨਿਕਾਲੇਂਗੇ ਔਰ ਓਨਲੀ ਬਰਸਾਤ ਕਾ ਪਾਣੀ ਇਸਮੇ ਛੋਟੇ ਤੋ ਇਹਨਾਂ ਨੇ ਬਹੁਤ ਵਧੀਆ ਕੰਮ ਕੀਆ ਹੈ ਕੰਮ ਕਰਨੇ ਕਾ ਇਨਕਾ ਨਜ਼ਰੀਆ ਹੀ ਬਹੁਤ ਥਾ ਆਪਣੀ ਟੈਕਨੀਕਲ ਤਰੀਕੇ ਸੇ ਇਹਨਾਂ ਨੇ ਕੰਮ ਕਰਕੇ ਹਮਾਰੇ ਗਾਓ ਕੇ ਤਲਾਬ ਕੋ ਬਹੁਤ ਬੜਾ ਅੱਛਾ ਬਣਾਇਆ The whole pond has been completely redesigned to understand the flow of water, ensuring that the water does not accumulate here. We get fresh water here and also make sure that even during the peak summer, we'll have some water in this pond to keep the wildlife here sustained. I'm looking forward to this next rains when this pond fills up and we have a beautiful lake around here